ਭਾਜੀ ਵਾਲੇਕਮ ਅਸਲਾਮ ਹਾਂਜੀ ਭਾਜੀ ਕਿੱਧਰ ਆਏ ਅੱਜ ਅਸੀਂ ਜਨਾਬ ਗੁਜਰਾਂਵਾਲੇ ਤੋਂ ਆਏ ਹਾਂ ਹਾਰਵੈਸਟ ਲੈ ਕੇ ਇੱਥੇ ਝੋਨੇ ਦੀ ਕਟਾਈ ਕਰਨ ਵਾਸਤੇ ਅੱਛਾ ਜੀ ਇਹ ਜੀ ਰਸਤਾ ਥੋੜਾ ਜਿਹਾ ਡੈਂਜਰਸ ਕਿਸਮ ਦਾ ਇੱਥੋਂ ਮਸ਼ੀਨ ਲੰਘਾਣੀ ਹੈ ਰਸਤੇ ਦਾ ਥੋੜਾ ਮੁਆਇਨਾ ਕਰਨ ਵਾਸਤੇ ਆਏ ਹਾਂ ਠੀਕ ਹੈ ਇਹ ਰਸਤਾ ਇਹ ਦਰਿਆ ਕੀ ਚੀਜ਼ ਹੈ ਇਹ ਜਿਹੜਾ ਇਹ ਦਰਿਆ ਰਾਵੀ ਦਾ ਇੱਕ ਨਾ ਸ਼ਾਖ ਹੈ ਠੀਕ ਹੈ ਤੁਹਾਨੂੰ ਪਤਾ ਦਰਿਆ ਦੇ ਮੁਖਤਲਿਫ ਰਾਹ ਹੁੰਦੇ ਨੇ ਕੋਈ ਇੱਧਰੋਂ ਸ਼ਾਖ ਹੋ ਜਾਂਦੀ ਹੈ ਕੋਈ ਇੱਧਰੋਂ ਹੋ ਜਾਂਦੀ ਹੈ ਠੀਕ ਹੈ ਇਹ ਦਰਿਆ ਰਾਵੀ ਚੋਂ ਨਿਕਲ ਕੇ ਆਉਂਦਾ ਹੈ ਇੱਕ ਨਾਲਾ ਹੈ ਮੱਛੀ ਬੜੀ ਬਾਬਾ ਅੱਛਾ ਬਾਬਾ ਜੀ ਇਹ ਨਾਲਾ ਜਿਹੜਾ ਨਾ ਇਸ ਟਾਈਮ ਅਸੀਂ ਗੁਜ਼ਰਦੇ ਪਏ ਹਾਂ ਅਸੀਂ ਮਸ਼ੀਨ ਲਾ ਕੇ ਲੰਘਣਾ ਰਸਤੇ ਦਾ ਮੁਆਇਨਾ ਕਰਨ ਵਾਸਤੇ ਆਏ ਰਸਤਾ ਰਸਤਾ ਥੋੜ੍ਹਾ ਤੰਗ ਮਹਿਸੂਸ ਹੁੰਦਾ ਇਸ ਵਾਸਤੇ ਪਹਿਲੇ ਵੇਖ ਲਈਏ ਉਸ ਤੋਂ ਬਾਅਦ ਦੀ ਪਰੇਸ਼ਾਨੀ ਬੰਦਾ ਪਹਿਲੇ ਚੈੱਕ ਕਰ ਲਵੇ ਅੱਛਾ ਚੰਗਾ ਹੁੰਦਾ ਬੰਦਾ ਐ ਵੇਂਦੇ ਪਏ ਉਹ ਪਾਣੀ ਚੱਲ ਰਿਹਾ ਇਸ ਟਾਈਮ ਬਿਲਕੁਲ ਇਹ ਤਕਰੀਬਨ 30 ਫੁੱਟ ਡੂੰਘੀ ਹੈ ਇਹ ਦੇਗ ਜਿਹੜੀ ਹੈ 30 ਫੁੱਟ ਡੂੰਘੀ ਹੈ ਦੇਗ ਅੱਛਾ ਜੀ ਇੱਥੋਂ ਲੰਘਾਉਣਾ ਇੱਕ ਬੜਾ ਵੱਡਾ ਰਿਸਕ ਹੈ ਅੱਛਾ ਜੀ ਅਸੀਂ ਪਹਿਲਾਂ ਆਪਣੀ ਤਸੱਲੀ ਵਾਸਤੇ ਆਏ ਹਾਂ ਪਹਿਲਾਂ ਚੈੱਕ ਕਰ ਲਈਏ ਖੁਦਾ ਨਾ ਖਾਸਾ ਰਸਤਾ ਤੰਗ ਹੋਵੇ ਤਾਂ ਇੱਥੇ ਪਰੇਸ਼ਾਨੀ ਬਣੇਗੀ ਠੀਕ ਹੈ ਬਾਬਾ ਜੀ ਅਤੇ ਇਸ ਵਾਸਤੇ ਕਿ ਜਦੋਂ ਵੀ ਕੋਈ ਕੰਮ ਕਰੋ ਪਹਿਲਾਂ ਉਹਨੂੰ ਨਾਪੋ ਤੋਲੋ ਉਸ ਤੋਂ ਬਾਅਦ ਪਾਣੀ ਦੇ ਵਿੱਚ ਉਤਰੋ ਠੀਕ ਹੈ ਬਾਬਾ ਜੀ ਬੜੀ ਡੂੰਘੀ ਦੇਗ ਹੈ ਇਸ ਤੋਂ ਬਾਅਦ ਬਾਅਦ ਦੇ ਫਿਰ ਤੁਹਾਨੂੰ ਪਤਾ ਆ ਨੁਕਸਾਨ ਹੋ ਸਕਦਾ ਆਪਾਂ ਚੈੱਕ ਕਰ ਲਓ ਆਪਣਾ ਵੀ ਆ ਗਏ ਲਾਲਚ ਬੰਦਾ ਆ ਕੇ ਨਾ ਛਾਲ ਮਾਰ ਦੇਵੇ ਤਾਂ ਬਾਅਦ ਵਿੱਚ ਨਿਕਲਿਆ ਨਾ ਜਾਵੇ ਚਲੋ ਬਾਬਾ ਅੱਗੇ ਚਲੀ ਰਾਹ ਫਿਰ ਚੈੱਕ ਕਰੀਏ ਜਾ ਫਿਰ ਆਹ ਤੁਹਾਨੂੰ ਅੱਗੇ ਰਾਹ ਵਿਖਾਉਂਦੇ ਹਾਂ ਦੂਸਰਾ ਰਾਹ ਜਿੱਥੇ ਲੰਘ ਕੇ ਜਾਣਾ ਸੀ ਪਹਿਲਾ ਰਾਹ ਹੈ ਉਸ ਤੋਂ ਬਾਅਦ ਦੂਜਾ ਰਾਹ ਵਿਖਾਉਂਦੇ ਹਾਂ ਠੀਕ ਹੈ